ਆ ਵੇਖੋ ਜੇ ਸਾਡਾ ਆਟਾ ਪਿਆ ਅਸੀਂ ਇੱਥੇ ਦਾਣੇ ਉਹ ਦਾਣੇ ਪਏ ਤਾਂ ਦਾਣੇ ਭਿਉਣ ਲੱਗੇ ਆ ਇਹ ਬੰਦਾ ਕਾਲੇ ਬੱਗੇ ਨੇ ਚਿੱਟਾ ਬੱਗਾ ਕਿੱਧਰ ਆ ਬੰਦਾ ਤੰਗ ਕੀਤੀ ਜਾਂਦਾ ਲੈ ਟੂਬ ਭਰਾਉਣ ਚੱਲਾ ਜਾ ਉਹਦੀ ਇਹਨੂੰ ਦਿਓ ਇਹਦੀ ਸ਼ੀਸ਼ਾ ਮੰਗਦਾ ਇਹਨੂੰ ਇਹਨੂੰ ਟੂਬ ਚਾਹੀਦੀ ਵੇ ਇਹਦਾ ਕਰਨ ਲੱਗਾ ਇਹ ਕੱਟ ਕੇ ਚੱਕੀ ਤੇ ਜਾਂਦਰ ਆ ਅੱਛਾ ਜਾਲੀ ਲਾਉਣੀ ਲੱਭੀ ਐਡੀ ਤੋਂ ਸਪੈਸ਼ਲ ਕੈਂਚੀ ਲੈਣ ਆਇਆ ਗਵਾਂਡੀ ਗੱਲ ਵਾਸਤੇ ਗਵਾਂਡੀ ਨਹੀਂ ਉਸਤਾਦ ਤੇਰਾ ਉਸਤਾਦ ਆ ਕੇ ਜਿੱਥੇ ਟੋਚ ਲਵਾਉਣਾ ਆ ਇਧਰ ਵੇ ਹਾਂ ਉਧਰ ਕੀ ਪਿਆ ਕਰ ਦੇ ਨੂੰ ਬਾਅਦ ਐ ਆ ਵੇ ਇੰਨੀ ਕਰਨੀ ਚੋਰੀ ਵਖਦੇ ਆ ਹਲੇ ਵੀ ਜਿਆਦਾ ਓ ਯਾਰ ਇਹ ਉਹ ਡਾਂਗ ਫੜ ਰਹੇ ਨੇ ਆ ਕੇ ਕੈਂਚੀ ਲੈ ਕੇ ਕਹਿੰਦਾ ਕਿ ਨਹੀਂ ਉੱਥੇ ਕੀ ਹੁਣ ਤਾਂ ਕਹੀ ਚੋਰੀ ਕਿੰਨੀ ਠੀਕ ਆ ਬਾਈ ਤੇਰੀ ਮੈਂ ਕਾਹ ਨਹੀਂ ਸਿੱਧਾ ਤੇਰੀ ਇੰਨੀ ਜੀ ਤਾਂ ਇੱਧਰ ਭੈਣ ਚੋੜਿਆ ਤੁਹਾਡਾ ਕਰਕੇ ਜ਼ਿਆਦਾ ਫ੍ਰੀ ਹੋ ਗਏ ਨੇ ਤੁਹਾਨੂੰ ਪ੍ਰੇਡ ਵਿੱਚ ਰੱਖ ਲੈਣਾ ਉਹਨੇ ਕਹਾ ਬੰਦੇ ਵਾਵਾ ਇਕੱਠੇ ਦਾ ਕੁਛ ਲਾ ਦਈਏ ਫਿਰ ਕੀ ਆਟਾ ਕੀ ਦਾਣੇ ਸਾੜ ਤੂੰ ਕਰਦਾ ਰਿਹਾ ਰੇ ਨਹੀਂ ਬੜਾ ਮੋਟਾ ਕਰਦਾ ਬਾਕੀ ਸਾਰਾ ਆਟਾ ਠੀਕ ਹੋਇਆ ਇੱਕ ਥੇਲਾ ਪੀਸਿਆ ਇਹਦਾ ਪਾਣ ਲੱਗਿਆ ਸੀ ਇਹ ਬਚ ਗਿਆ ਤੇ ਇਹਦਾ ਮੋਟਿਆ ਹੋਇਆ ਇਹ ਤਾਂ ਦੁਬਾਰਾ ਆਉਣਾ ਪੈਣਾ ਸੀ ਚੱਲ ਲਾ 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 ਸੋਗੀ ਫੇਰ ਲਾਉਣੀ ਬੰਦਾ ਵਾ ਕੰਮ ਦਾ 47 ਕਿਲੋ ਤੇ 900 ਗ੍ਰਾਮ ਇੱਕ ਕਿਲੋ ਵੱਧ ਪਾ ਲੰਦਾ ਚਲਾ ਯਾਰ ਮੈਂ ਤੂੰ ਬੜਾ ਜਾ ਹਾਂ ਲੈ ਕੰਨ ਦਾ ਸਕਾਤ ਹਟੇ ਤੇ ਨਹੀਂ ਹਟਦਾ ਇਹ ਇੱਕ ਮੈਂ ਤੂੰ ਹੋ ਫੋਨ ਮੜਾ ਜਾ ਆਟੋਟਾ ਪਿਆ ਕੇ ਤੇ ਮੈਂ ਆ ਗਿਆ ਮੱਝ ਹੁਣ ਇਹ ਸਾਡੀ ਕੱਟੀ ਹੈ ਜਿਹਨੂੰ ਛੱਡੋ ਤੇ ਮੁੜ ਕੇ ਜਾਂਦੀ ਨਹੀਂ ਮੱਝ ਥੱਲੇ ਮੱਝ ਵੀ ਕਿੰਨੀ ਦੂਰ ਹਮਸੇਰੇ ਜਾ ਉਹਦਾ ਕੰਮ ਕਰ ਰਿਹਾ ਸਮਾਈਲ ਪਲੀਜ਼ ਸਿੱਥਾਂ ਸੀ ਟਰਾਲੀ ਫਸ ਗਈ ਉਹਨਾਂ ਦੀ ਹੋਰ ਨੂੰ ਨਹੀਂ ਚੱਕ ਦਿਓ ਬਥੇਰਾ ਦੇਖਣ ਨੂੰ ਨਹੀਂ ਪਾਣੀ ਆ ਗਿਆ ਅੱਛਾ ਚਲੀ ਮੈਂ ਆਰਾਮ ਪਤਾ ਨੀ ਕੋਈ ਕੰਮ ਆ ਕੀ ਆਖਣਾ ਕੀ ਨਹੀਂ ਪਤਾ ਨੀ ਯਾਰ ਯਾਰ ਕੀ ਪਤਾ ਅੱਬੂ ਨੇ ਆਖਿਆ ਵੀ ਆ ਜਾ ਚਾਹ ਕੋਈ ਕੰਮ ਹੋਣਾ ਕਿਉਂ ਪਤਾ ਚਾ ਯਾਰ ਨਹੀਂ ਕੰਮ ਕੋਈ ਨਹੀਂ ਵੀ ਦੱਸਣ ਵਾਲਾ ਹੁੰਦਾ ਹੁਣ ਮੈਨੂੰ ਆਪ ਨੀ ਪਤਾ ਕਿਹੜਾ ਕੰਮ ਆ ਕਿਹੜਾ ਨਹੀਂ ਅੱਛਾ ਇੱਕ ਬੰਦਾ ਸੀਗਾ ਤੰਗ ਕਰਨ ਡਿਆ ਸੀ ਕਹਿੰਦਾ ਫਿਰ ਫੁਰ ਕੇ ਆਈਏ ਫਿਰ ਕੇ ਆਏ ਹਾਂ ਅਤੇ ਮੈਂ ਇੱਥੇ ਟਰਪੈਨ ਸੈੱਟ ਕਰਾਉਣ ਲੱਗ ਪਿਆ ਅਤੇ ਟਰਪੈਨ ਜਿਹੜੀ ਹੈ ਮੈਂ ਇਸ ਤੋਂ ਸੈੱਟ ਕਰਾਉਣ ਡਿਆ ਕਿ ਸਾਡੀ ਜਿਹੜੀ ਉਹਨਾਂ ਦੇ ਮਾਲਕ ਆ ਉਹਨਾਂ ਦੀ ਜ਼ਮੀਨ ਸਾਡੇ ਕੋਲ ਠੇਕੇ 'ਤੇ ਹੈ ਇਸ ਤੋਂ ਮੈਂ ਠੀਕ ਕਰਾਉਣ ਡਿਆ ਵਾ ਟਰਪੈਨ ਟੁੱਟ ਕੇ ਅਤੇ ਡਿੱਗ ਪਈ ਸੀ ਥੱਲੇ ਉਹ ਥੱਲੋਂ ਕੁੰਡੇ ਨਾਲ ਤਾਂ ਚੱਕਣ ਡੇ ਆ ਅਤੇ ਬੜਾ ਜ਼ੋਰ ਲੈਂਦੀ ਆ ਇਹ ਸੀਨ ਤੁਸੀਂ ਵੇਖੋ ਚੱਲ ਮੈਂ ਸਾਨੂੰ ਦੱਸ ਹੁਣੀ ਨਹੀਂ ਦੱਸ ਅੱਛਾ ਆਹ ਟੁੱਟੀ ਵਾਲੀ ਸ਼ੈ ਹੈ ਨਾ ਸਾਡੇ ਟਰਪੈਨ 'ਤੇ ਲੱਗ ਜਾਣੀ
ਸਾਡੇ ਮੋਟਰ ਨੂੰ ਹਾਫਸ ਅਜੇ ਥੱਲੇ ਤਕਰੀਬਨ 10 ਪੈਪ ਆ ਇਹਨਾਂ ਦੇ ਪੂਰੀ ਦੀ ਪੂਰੀ ਟਰਪੈਨ ਆ ਅਤੇ ਨਾਲ ਨਿੱਕੇ ਨਿੱਕੇ ਸ਼ਾਫਟਾਂ ਵਾ ਇਸ ਤੋਂ ਇਹ ਬਹੁਤ ਜ਼ਿਆਦਾ ਜ਼ੋਰ ਲੈਂਦੀ ਆ ਦੋ ਬੰਦਿਆਂ ਤੋਂ ਇੱਕ ਬੰਦੇ ਤੋਂ ਸਵਾਏ ਖਿੱਚਦੀ ਨਹੀਂ ਇਸ ਤੋਂ ਦੋ ਬੰਦੇ ਲੱਗੇ ਹੋਏ ਨੇ ਇਸ ਤਰ੍ਹਾਂ ਦੇ ਪੈਪ ਆ ਜਿਹੜੇ ਪਾਏ ਹੋਏ ਨੇ ਤਕਰੀਬਨ 10 ਹੋਣੇ ਨੇ ਵੀ ਜ਼ੋਰ ਲਾ ਕੇ ਵੇਖਣਾ ਕੀ ਹੈ ਹੁਣ ਚੱਲ ਗਲਾਮੇ ਹੁਣ ਤੋਂ ਸ਼ੁਰੂ ਅਲਹਮਦੁਲਿਲਾ ਜੀ ਬਹੁਤ ਮਿਹਨਤ ਮੁਸ਼ਕਤ ਦੇ ਨਾਲ ਟਰਪੈਨ ਆ ਗਈ ਬਾਹਰ ਅਤੇ ਹੁਣ ਇਹਦਾ ਪਹਿਲਾਂ ਪੈਪ ਕੱਢਣਾ ਸੀ ਇਹ ਟਰਪੈਨ ਟੁੱਟ ਕੇ ਥੱਲੇ ਡਿੱਗ ਪਈ ਸੀ ਟਰਪੈਨ ਨੂੰ ਵਿਹਲਾ ਹੋ ਕੇ ਇੱਧਰ ਹਵੇਲੀ 'ਚ ਆਇਆ ਵਾਂ ਅਤੇ ਇੱਥੇ ਹਵੇਲੀ 'ਚ ਦੋ ਬੰਦੇ ਲੱਗੇ ਹੋਏ ਸੀ ਵਾੜਾ ਪੱਟਣ ਡਏ ਸੀਗੇ ਮਸੇਰ ਅਤੇ ਨਈਮ ਅੱਜ ਜੀ ਇਹ ਸੁਬਹਾ ਸੁਬਹਾ ਵਾੜਾ ਪੱਟ ਰਹੇ ਗਿੱਲਾ ਬਹੁਤ ਹੋ ਗਿਆ ਸੀ ਇਹਨਾਂ ਦਾ ਵਾੜਾ ਦੋਸਤੋ ਅਗਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਵੀਡੀਓ ਨੂੰ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ ਅੱਲਾ ਹਾਫਿਜ਼